ਸਤਿ ਸ੍ਰੀ ਅਕਾਲ ਸਰਦਾਰ ਜੀ ਸੁਰਜੀਤ ਸਿੰਘ ਕੀ ਸ਼ੁਭਨਾਮ ਹੈ ਜੀ ਆਪਣਾ ਆਪਣਾ ਇਹ ਮਜ਼ਦੂਰੀ ਹੈ ਨਹੀਂ ਆਪਣਾ ਨਾਮ ਕੀ ਹੈ ਜੀ ਸੁਰਜੀਤ ਸਿੰਘ ਸੁਰਜੀਤ ਸਿੰਘ ਜੀ ਆ ਜੀ ਇਹ ਮਜ਼ਦੂਰ ਦਾ ਕੰਮ ਕਰਦੇ ਆ ਤੇ ਮੈਂ ਇਹ ਦੇਖਿਆ ਕਿ ਤੁਸੀਂ ਤੀਜੀ ਮੰਜ਼ਿਲ ਹੈ ਜਿੱਥੇ ਕੰਮ ਚੱਲ ਰਿਹਾ ਸੀ ਉੱਥੋਂ ਬਿਨਾਂ ਨੋਨ ਸਟੋਪ ਪਾਣੀ ਲੈ ਕੇ ਗਏ ਹੋ ਤੁਹਾਨੂੰ ਇਹ ਮਿਹਨਤ ਵਿੱਚ ਮਤਲਬ ਕਿ ਕਿਵੇਂ ਤੁਸੀਂ ਸਿੱਖਿਆ ਗਏ ਕੰਮ ਮਤਲਬ ਇੰਨੀ ਮਿਹਨਤ ਕਰਨਾ ਅਸੀਂ ਜਿਹੜਾ 8 ਘੰਟੇ ਕੰਮ ਵਿੱਚ ਫੁਰਤੀ ਦਿਖਾ ਕੇ ਹਾਂ ਹਾਂ ਸਪੀਡ ਨਾਲ ਬਿਲਕੁਲ ਵੀ 4 ਘੰਟੇ ਕੰਮ ਨਿਬੜ ਜੇ ਬਿਲਕੁਲ ਬਿਲਕੁਲ ਨਟਾ ਜਿਹੜਾ ਵੀ ਮਿਸਤਰੀ ਬੈਠੇ ਨਾ ਹਾਂ ਬਿਲਕੁਲ ਉਹਨੂੰ ਵੀ ਕੰਮ ਲਾ ਰੱਖੋ ਫਟਾਫਟ ਵੀ ਕੰਮ ਆਪਣੇ ਥੱਲੋਂ ਜਾਣਗੇ ਉਹ ਤੀਜੀ ਮੰਜ਼ਿਲ ਤਿੰਨ ਪੌੜੀਆਂ ਚੱਕਰ ਵੀ ਆ ਜਾਂਦੇ ਆ ਉਹ ਮਤਲਬ ਕਿਉਂ ਆ ਜਾਂਦੇ ਆ ਚੱਕਰ ਪਤਾ ਕਿਉਂ ਆਵਾ ਜਿਹੜਾ ਬੰਦਾ ਮਿਹਨਤ ਨੀ ਕਰਦੇ ਉਹ ਚੱਕਰ ਆਪੇ ਆਉਣੇ ਆ ਦਿਲ ਛੱਡਦੇ ਆ ਅੱਛਾ ਦਿਲ ਛੱਡੇਗਾ ਤਾਂ ਚੱਕਰ ਆਪੇ ਆਉਣੇ ਆ ਮੈਂ ਇੱਕੋ ਇੱਕ ਲੇਬਰ ਆਇਆ ਸੀ ਉਹ ਹਲੇ ਦੋ ਪਾਣੀ ਚੱਕੀਆਂ ਉਹਨੂੰ ਕਹਿੰਦਾ ਮੈਂ ਚੱਕਰ ਆ ਰਹੇ ਆ ਕਿਉਂ ਬਲਾ ਉਹ ਕਹੇ ਮੈਂ ਚੱਕਰ ਆ ਗਿਆ ਮੈਂ ਦਿਲ ਛੱਡ ਜਾ ਬੰਦਾ ਹਾਂ ਵੀ ਮੈਂ ਉੱਪਰ ਚੜ੍ਹ ਨਹੀਂ ਸਕਦਾ ਦੌੜ ਜੇਗਾ ਬਿਲਕੁਲ ਬਿਲਕੁਲ ਦੌੜ ਦਿਲ ਨਹੀਂ ਛੱਡਣਾ ਚਾਹੀਦਾ ਬੰਦੇ ਨੂੰ ਦਿਲ ਨਹੀਂ ਛੱਡਣਾ ਚਾਹੀਦਾ ਸਰਦਾਰ ਜੀ ਸੁਜੀਤ ਸਿੰਘ ਨੇ ਬਹੁਤ ਵਧੀਆ ਗੱਲ ਕਹੀ ਆ ਦਿਲ ਨਹੀਂ ਛੱਡਣਾ ਚਾਹੀਦਾ ਜੇ ਦਿਲ ਛੱਡ ਗਿਆ ਬੰਦਾ ਨਹੀਂ ਕੋਈ ਔਖਾ ਨਹੀਂ ਹੈ ਅਗਰ ਬੰਦਾ ਦਿਲ ਛੱਡ ਦੇਗਾ ਪਾਣੀ ਨਹੀਂ ਆਏਗਾ ਤਾਂ ਕੰਮ ਨਹੀਂ ਹੋਏਗਾ ਕੰਮ ਇਹੀ ਕੰਮ 2 ਦਿਨਾਂ ਵਿੱਚ ਖਤਮ ਹੋਏਗਾ ਸਮੈਂਟ ਵੀ ਇੱਤਾ ਵੀ ਸਾਰਾ ਮਿੰਟੋ ਮਿੰਟ ਪਚਾ ਦਿਆ ਹਾਂ ਇਹਨਾਂ ਨੇ ਮਿੰਟੋ ਮਿੰਟ ਪਚਾ ਦਿਆ ਮੈਂ ਕੁਰਤੀ ਦਾ ਖਾਵਾਂਗਾ ਬਿਲਕੁਲ ਕੰਮ ਤਾਂ ਹਰ ਨਹੀਂ ਬੜੇ ਮਿੱਤਰੀ ਨਿਕਲੇਗਾ ਯਾਰ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਆ ਦਿਲ ਨਹੀਂ ਛੱਡਣਾ ਦਿਲ ਲਗਾ ਕੇ ਕੰਮ ਕਰਨਾ ਤੇ ਛੱਡ ਬੰਦਾ ਗਿਆ ਹਾਂ ਉਹ ਖਤਮ ਆ ਬੰਦਾ ਠੀਕ ਹੈ ਠੀਕ ਖਤਮ ਬੰਦਾ ਹੋ ਜੇ ਦਿਲ ਛੱਡ ਗਿਆ ਖਤਮ ਆ ਮਤਲਬ ਦਿਲ ਨਹੀਂ ਛੱਡਣਾ ਮਿਹਨਤ ਕਰਨੀ ਆਪਾਂ ਮਤਲਬ ਸਾਹਸ ਰੱਖਣਾ ਹੈ ਬਲ ਰੱਖਣਾ ਹੈ ਹਾਂ ਜਿੰਨਾ ਦਿਲ ਕੱਟ ਹੈ ਉਹਨੂੰ ਲੇਬਰ ਨਹੀਂ ਕਹਿੰਦੇ ਜੀ ਦੂਸਰੇ ਬੰਦੇ ਨੂੰ ਅੱਲਾ ਛੇਤੀ ਦੇਓ ਨਿਬੇੜੋ ਨਿਬੇੜੋ ਕੰਮ ਨਿਪਟਾਓ ਨਿਪਟਾਓ ਛੇਤੀ ਕੋਈ ਤਾਂ ਹੀ ਕੰਮ ਆਪਣਾ ਛੇਤੀ ਨਿਪਟੇਗਾ ਤੁਸੀਂ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ